ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਕ੍ਰਿਸਚੈਨਿਟੀ ਅਤੇ ਸਿੱਖੀ ਦਾ ਪ੍ਰਚਾਰ ਕਰਦਾ ਅਤੇ ਨਾਲੇ ਰੀਅਲ ਇਸਲਾਮ ਜਿਹੜਾ ਕਿ ਸ਼ਰੀਆ ਫਰੀ ਹੈਗਾ। ਅਤੇ ਕੱਲ੍ਹ ਮੈਂ ਗਿਆ ਸੀਗਾ ਆਪਣੇ ਪ੍ਰਿੰਸ ਚਾਰਲਸ ਨੂੰ ਮਿਲਣ, ਇੱਥੋਂ ਕੋਈ ਸੀਗਾ 1.5 ਘੰਟੇ ਦੀ ਡਰਾਈਵ ਸੀਗੀ, ਅਤੇ ਉੱਥੇ ਜ਼ਰਾ ਜ਼ਿਆਦਾ ਪੀ ਹੋ ਗਈ ਅਤੇ ਫਿਰ ਡਰਾਈਵਿੰਗ ਕਰਦਾ ਸੀਗਾ ਅਤੇ ਡਰਾਈਵਿੰਗ ਵਿੱਚ 2-3 ਝੋਕੇ ਆਏ ਸੀਗੇ ਨੀਂਦ ਦੇ, ਅਤੇ ਕੁਦਰਤੀ ਪਰਮਾਤਮਾ ਨੇ ਉੱਪਰ ਹੱਥ ਰੱਖਿਆ ਅਤੇ ਕੋਈ ਐਕਸੀਡੈਂਟ ਨਹੀਂ ਹੋਇਆ, ਤਾਂ ਘਰ ਸਹੀ ਸਲਾਮਤ ਮੈਂ ਪਹੁੰਚ ਗਿਆ ਅਤੇ ਮੈਂ ਸ਼ੁਕਰ ਗੁਜ਼ਾਰ ਹਾਂ ਉਹਦਾ। ਅਤੇ ਇਹ ਮੈਂ ਕਰਨ ਲੱਗਾ ਸੂਹੀ ਮਹੱਲਾ 5ਵਾਂ, ਅਤੇ ਜਿਹੜਾ ਕਿ ਹੈਗਾ ਸਤਿਗੁਰੂ ਅਰਜਨ ਦੇਵ ਜੀ ਹੈ। ਹੁਣ ਜੇ ਤੁਸੀਂ ਸਤਿਗੁਰੂ ਅਰਜਨ ਦੇਵ ਜੀ ਦੀ ਪੋਜੀਸ਼ਨ ਸਮਝੋ ਵੀ ਉਹ ਕਿਸ ਕਿਸਮ ਦੇ ਸਿੱਖ ਸਨ, ਤਦ ਤੁਹਾਨੂੰ ਸਮਝ ਆ ਜਾਏਗੀ ਵੀ ਇਹ ਕੀ ਸਲੋਕ ਹੈਗੇ ਨੇ। ਇਹਦਾ ਹੈਗਾ ਸਮਝਣ ਲਈ ਤੇ ਆਹ ਹੈਗਾ ਆਪਣੇ ਚਾਰਟ ਹੈਗਾ ਟ੍ਰਿਨਿਟੀ, ਕਿ ਉਹ ਸਾਰੇ ਜਿਹੜੇ ਸਤਿਗੁਰੂ ਸੀਗੇ ਇਸ ਦੇ ਮੁਤਾਬਿਕ ਉਹਨਾਂ ਨੇ ਸਿਕਸ਼ਾ ਦਿੱਤੀ ਹੈਗੀ। ਸਤਿਗੁਰੂ ਨਾਨਕ ਦੇਵ ਜੀ ਤਾਂ ਜਨਰਲ ਦਿੱਤੀ ਨਾ ਸਿਕਸ਼ਾ, ਫਿਰ ਸਤਿਗੁਰੂ ਨਾਨਕ ਦੇਵ ਜੀ ਚਿੱਤ ਬਿਰਤੀ ਦੇ ਸਿੱਖ ਸਨ, ਇੱਥੇ ਦੇ ਚਿੱਤ ਬਿਰਤੀ ਦੇ। ਉਹਨਾਂ ਤੋਂ ਬਾਅਦ ਜਿਹੜਾ ਸੀਗੇ ਸਿੱਖ ਉਹਨੇ ਬਣਾਉਣੇ ਸੀ ਨਾ ਸਤਿਗੁਰੂ ਅੰਗਦ ਦੇਵ ਜੀ ਨੇ, ਉਹਨਾਂ ਨੇ ਸ਼ੁਰੂ ਕੀਤੀ ਸਿੱਖੀ ਦਾ ਧੁਰਾ ਰੱਖਿਆ। ਧੁਰਾ ਹੈਗਾ ਇੱਥੇ ਹੈਗੀ ਆਪਣੇ ਹੋਮੇ ਬਿਰਤੀ, ਮਨ ਬੁੱਧੀ ਅਤੇ ਚਿੱਤ ਬਿਰਤੀ। ਜਿਹੜੇ ਹੋਮੇ 'ਚ ਹੁੰਦੇ ਨੇ ਅਕੀਜੇ ਹੁੰਦੇ ਨੇ ਆਪਣੀ ਅਕਲ, ਇਹ ਉਹ ਜਿਹੜਾ ਸੀਗਾ ਆਪਣੇ ਤਪਾ ਪਿੰਡ ਦਾ ਤਪਾ ਸੀ ਨਾ ਵੀ ਉਹਦੇ ਲੋਕਾਂ ਦੇ ਮਗਰ ਲੱਗਦੇ ਨੇ ਅਤੇ ਪੱਥਰਾਂ ਦੀ ਪੂਜਾ ਕਰਦੇ ਨੇ ਅਤੇ ਸਭ ਕੁਛ ਇੱਦਾਂ ਕਰਦੇ ਨੇ। ਅਤੇ ਸਤਿਗੁਰੂ ਅੰਗਦ ਦੇਵ ਜੀ ਨੇ ਕਿਹਾ ਇਹਨਾਂ 'ਚੋਂ ਨਹੀਂ ਮਿਲਣਾ ਹੈਗਾ, ਜਿਹੜੀ ਦਇਆ ਹੁੰਦੀ ਗੀ ਅਕਾਲ ਪੁਰਖ ਤੋਂ ਮਿਲਦੀ ਹੈਗੀ, ਆਦਮੀ ਤੋਂ ਨਹੀਂ ਮਿਲਦੀ। ਉਹਨਾਂ ਨੇ ਉਹਨਾਂ ਨੂੰ ਫਿਰ ਸਨਮੁੱਖ ਬਣਾਇਆ, ਬੇਮੁੱਖ ਸੀਗੇ ਇੱਥੇ ਤਪੇ ਤੁਪੇ ਦੇ ਮਗਰ ਲੱਗੇ, ਅਤੇ ਫਿਰ ਉਹਨਾਂ ਨੇ ਸਨਮੁੱਖ ਬਣਾ ਕੇ ਉਹਨਾਂ ਨੇ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ। ਉਹਨਾਂ ਨੇ ਫਿਰ ਜਿਹੜੇ ਸੁਰਤੀ ਵਾਲੇ ਹੁੰਦੇ ਚਤੁਰ ਚਰਾਕ ਹੁੰਦੇ ਨੇ, ਉਹਨਾਂ ਨੇ ਕਿਹਾ ਚਤੁਰ ਚਤੁਰਾਈ ਛੱਡੋ ਆਪਣੀ, ਉਹ ਮਨਮੁੱਖ ਬਣਦੇ ਨੇ ਚਤੁਰ ਚਤੁਰਾਈ ਭੇਖ ਭੂਖ ਪਾ ਕੇ ਗੁਰਮੁਖ ਬਣੋ। ਇਹਨਾਂ ਨੇ ਫਿਰ ਲਾਲਚ ਯਾਨੀ ਦੁਬਧਾ ਭਰ ਲਈ। ਇਹਨਾਂ ਨੇ ਜਿਹੜੇ ਸਤਿਗੁਰੂ ਰਾਮਦਾਸ ਜੀ ਨੇ ਕਿਹਾ ਵੀ ਰਾਮ ਦੇ ਦਾਸ ਬਣ ਕੇ, ਰਾਮ ਦੀ ਗੁਲਾਮ ਬਣ ਕੇ ਉਹਦੀ ਸੇਵਾ ਕਰੋ ਲੋਕਾਂ ਦੀ, ਅਤੇ ਨਾਲੇ ਆਪਣੇ ਗੁਰਮੁਖ ਦਾ ਹੈਗਾ ਉਹ ਸੁਣਦਾ ਵੀ ਹੈ ਅਤੇ ਬੋਲਦਾ ਵੀ ਹੈਗਾ। ਇਹ ਹੈਗਾ ਸਨਮੁੱਖ, ਇਹ ਸੁਣਦਾ ਹੈਗਾ ਬੋਲਦਾ ਨਹੀਂ। ਇਹਨੂੰ ਕਹਿੰਦੇ ਪੁਟਿੰਗ ਲਾਈਟ ਅੰਡਰ ਬੁਸ਼ ਓ, ਇਹ ਹੈਗਾ ਪੁਟਿੰਗ ਲਾਈਟ ਔਨ ਲੈਂਪ ਸਟੈਂਡ। ਅਤੇ ਇੱਥੇ ਤਾਂ ਜਿਹੜਾ ਹੈਗਾ ਆਦਮੀ ਦੁਨਿਆਵੀ ਆਪਣੀ ਅਕਲ ਨਾਲ ਚੱਲਦਾ, ਜਿਹੜੀ ਕਿ ਹੁਣ ਮੈਂ ਤੁਹਾਨੂੰ ਆਪਣੀ ਦੁਨਿਆਵੀ ਅਕਲ ਦੇ ਹਿਸਾਬ ਨਾਲ ਦੱਸ ਰਿਹਾ ਵੀ ਇਹ ਇੱਥੇ ਗੁਰਮੁਖ ਹੁੰਦਾ ਆਦਮੀ। ਇਹ ਹੁੰਦਾ ਇਹਨੂੰ ਜਿਹੜਾ ਮਾਰਦਾ ਹੈਗਾ ਮੋਹ, ਦੁਨੀਆਂ ਦਾ ਮੋਹ ਮਾਰਦਾ ਹੈਗਾ ਕਿ ਉਹ ਸਿਆਣਾ ਬਣ ਗਿਆ, ਹੁਣ ਉਹਦੇ ਇੰਨੇ ਬੱਚੇ ਹੈਗੇ ਨੇ, ਇੰਨੀ ਜ਼ਮੀਨ ਹੈਗੀ, ਮਕਾਨ ਏਡਾ ਵੱਡਾ ਹੈਗਾ, ਆਹ ਹੈਗੀ ਜਾਇਦਾਦ ਹੈਗੀ, ਉਹ ਹੈਗਾ, ਉਹਨੂੰ ਮੋਹ ਦੁਨੀਆਂ ਦਾ ਮਾਰਦਾ। ਜਿਹੜੇ ਸੰਤ ਹੁੰਦੇ ਨੇ ਉਹ ਘਰ ਬਾਰ ਆਪਣਾ ਛੱਡ ਜਾਂਦੇ ਨੇ, ਉਹ ਨਿਰਮੋਹ ਹੁੰਦੇ ਨੇ, ਉਹਨਾਂ 'ਚ ਕੋਈ ਦੁਨੀਆਂ ਦੇ ਮੋਹ ਵਗੈਰਾ ਨਹੀਂ ਹੁੰਦਾ। ਉਹ ਸੰਤ ਜਿਹੜੇ ਪੈਸੇ ਨੂੰ ਨਹੀਂ ਹੱਥ ਲਾਉਂਦੇ, ਆਹ ਜਿਹੜੇ ਪਾ ਜਾਂਦੇ ਕੱਪੜੇ ਕੁੱਪੜੇ ਭੇਖ ਭੇਖ ਦਿਖਾ ਕੇ ਆ ਜਾਂਦੇ ਨੇ, ਇਹ ਫਲਾਨਾ ਸੰਤ ਹੈ ਜੀ, ਫਲਾਨਾ ਸੰਤ ਹੈਗਾ, ਸਿੱਖ ਕੌਮ ਦਾ ਪ੍ਰਚਾਰ ਕਰਦੇ, ਸਿੱਖ ਕੌਮ ਨਾਲ ਤੁਹਾਨੂੰ ਹਰਾਮੀ ਬਣਾ ਜਾਂਦੇ ਨੇ, ਕੌਮ ਨਹੀਂ ਕਦੀ ਬਦਲੀ, ਮੇਰੀ ਕੌਮ ਜੱਟ ਹੈਗੀ, ਸਿੱਖ ਮੇਰਾ ਪੰਥ ਹੈਗਾ। ਅਤੇ ਜਿਹੜਾ ਸਿੱਖ ਨੂੰ ਪੰਥ ਨੂੰ ਬਣਾਉਂਦਾ ਨਾ ਕੌਮ, ਉਹ ਸਮਝ ਲਓ ਸੁਪਰ ਬਾਸਟਡ ਹੈਗਾ, ਆਪਣੇ ਪਿਓ ਨੂੰ ਛੱਡ ਕੇ ਤਾਂ ਬਨੌਟੀ ਪਿਓ ਬਣਾਈ ਜਾਂਦਾ, ਕੋਈ ਸਿੱਖ ਪੰਥ ਹੁੰਦਾ ਕੌਮ ਨਹੀਂ ਹੁੰਦੀ।
ਤੇ ਇੱਥੇ ਜਦੋਂ ਇਹ ਸੰਤ ਜਿਹੜੇ ਹੁੰਦੇ ਨੇ ਇਹਨਾਂ ਨੇ ਘਰ ਬਾਰ ਛੱਡਿਆ ਹੁੰਦਾ ਹੈਗਾ, ਪਰ ਕਲਯੁਗ ਵਿੱਚ ਘਰੇ ਬੈਠੇ ਤੁਸੀਂ ਇਹ ਸੰਤ ਬਣ ਜਾਂਦੇ ਹੋ। ਤੇ ਇਸ ਕਰਕੇ ਇਹ ਜਿਹੜੇ ਹੁੰਦੇ ਨੇ ਇਹ ਅਕਾਲ ਪੁਰਖ ਦੇ ਸਪੋਕਸਮੈਨ ਹੁੰਦੇ ਨੇ, ਜੋ ਅਕਾਲ ਪੁਰਖ ਕਹਿੰਦਾ ਉਹੀ ਬੋਲਦੇ ਨੇ, ਇਹ ਆਪਣੀ ਅਕਲ ਨਹੀਂ ਚਲਾਉਂਦੇ। ਚਿੱਤ ਬਿਰਤੀ ਦੇ ਲੋਕ ਉਹੀ ਜੋ ਕਹਿੰਦਾ ਉਹਦੇ ਬੁਲਾਰੇ ਹੈਗੇ ਨੇ, ਜੈਸੇ ਆਏ ਖਸਮ ਕੀ ਬਾਣੀ ਤੈਸਾ ਕਰੂ ਮੈਂ, ਪ੍ਰਚਾਰ ਵੀ ਲਾ ਲਓ। ਤੇ ਉਹ ਬਾਣੀ ਅਕਾਲ ਪੁਰਖ ਦੀ ਬੋਲਦੇ ਨੇ, ਤੇ ਇਸ ਕਰਕੇ ਬਾਣੀ ਚ ਹੈਗਾ ਪਹਿਲੀ ਤੁਕ ਜਿਹੜੀ ਨਾ ਜਪੀ ਸਾਹਿਬ ਦੀ ਉਹਦੇ ਹੈਗਾ, ਸੋਚਿਆ ਸੋਚਣਾ ਜੋ ਸੋਚੀ ਨੂੰ ਅਖਬਾਰ, ਜਿੰਨਾ ਚਿਰ ਤੁਸੀਂ ਹੋਮੇ ਬਿਰਤੀ ਚ ਹੈਗਾ ਤੁਹਾਨੂੰ ਸੁਰਤੀ ਨਹੀਂ ਹੈਗੀ ਸੋਚ ਅਕਾਲ ਪੁਰਖ ਦੇ ਨਾਮ ਦੀ, ਇਹਨੂੰ ਸੁਰਤੀ ਹੈਗੀ ਹੋਮੇ ਮਾਰ ਕੇ ਬਣਿਆ ਸਨਮੁਖ। ਇਹ ਹੈਗਾ ਵੀ ਚਤਰ ਚੜਾ ਕੇ ਇਹਦਾ ਹੁੰਦਾ ਸੁਭਾਅ, ਚੁੱਪਿਆਂ ਚੁੱਪ ਨਾ ਹੋਈ ਜੇ ਲਾਇਆ ਰਹਾਂ ਲਵਦਾਰ, ਇਹਨੂੰ ਹੈਗਾ ਨਾਮ ਦੀ ਭੁੱਖ ਹੈਗੀ, ਨਾਮ ਇਹਨੇ ਹਾਸਲ ਕਰਨਾ ਜਿੱਥੋਂ ਵੀ ਮਿਲੇ। ਜਿੱਦਾਂ ਮੈਂ ਬਾਈਬਲ ਹੀ ਚੁ ਲੈਂਦਾ, ਕੁਰਾਨ ਸ਼ਰੀਫ ਦੇ ਵੀ ਕੇਰੀ ਮੈਨੂੰ ਕੋਈ ਦੱਸਦਾ ਤੇ ਸੁਣਦਾ ਹੈਗਾ, ਤੇ ਬਾਣੀ ਚ ਹੈਗਾ ਇਹ ਦੋ, ਬਾਣੀ ਤੇ ਨਿਊ ਟੈਸਟਮੈਂਟ ਇਹ ਮੇਨ ਸੋਰਸ ਹੈਗੇ ਨੇ ਕਲਯੁਗ ਦੇ ਨਾਮ ਦੇ। ਤੇ ਉੱਥੋਂ ਮੈਂ ਸਿੱਖਦਾ ਮੈਨੂੰ ਭੁੱਖ ਹੈਗੀ ਨਾਮ ਦੀ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਪਾਰ। ਇੱਥੇ ਤਾਂ ਆਦਮੀ ਉਹ ਹੁੰਦਾ, ਫਿਰ ਜੇ ਅਕਾਲ ਪੁਰਖ ਖੁਸ਼ ਹੋਇਆ ਵੀ ਇਹ ਮੇਰਾ ਹੈਗਾ ਗੁਰਮੁਖ ਹੈਗਾ ਮੇਰਾ ਨਾਮ ਜਪਦਾ ਹੈਗਾ, ਜੇ ਅਕਾਲ ਪੁਰਖ ਦੀ ਮਿਹਰ ਹੋ ਜਾਏ ਤਾਂ ਫਿਰ ਤੁਹਾਨੂੰ ਇੱਥੋਂ ਚੱਕ ਕੇ ਇੱਥੇ ਲਿਆਉਂਦਾ, ਹੱਥ ਕੱਢ ਕੇ ਆਪਣੇ ਚੱਕ ਕੇ ਇੱਥੇ ਇੱਥੇ ਜਿਹੜਾ ਚੱਕ ਕੇ ਲਿਆਉਣਾ ਇਹ ਆਦਮੀ ਦਾ ਕੰਮ ਨਹੀਂ ਹੈਗਾ, ਇਹ ਉਹਦੀ ਮਿਹਰ ਹੈਗੀ ਅਕਾਲ ਪੁਰਖ ਦੀ। ਜਦੋਂ ਉਹਦੀ ਮਿਹਰ ਹੁੰਦੀ ਗੀ ਤਾਂ ਫਿਰ ਉਹ ਤੁਹਾਨੂੰ ਆਪਣਾ ਬੁਲਾਰਾ ਬਣਾ ਲੈਂਦਾ, ਅਤੇ ਇਹਦੇ ਜਗ੍ਹਾ ਸਹਿ ਸਿਆਪਾ ਲੱਖ ਹੋਣ ਅਤੇ ਇੱਕ ਨਾ ਚੱਲੇ ਨਾਲ, ਅੱਜ ਸਿਆਪਾਂ ਜਿਹੜੀਆਂ ਦੁਨਿਆਵੀ ਇਹ ਲੱਖ ਹੋਣ ਇਹ ਨਹੀਂ ਚੱਲਦੀਆਂ ਨਾਲ, ਇਹ ਤੁਸੀਂ ਜਦੋਂ ਬੋਲਦੇ ਇੱਥੇ ਉਦੋਂ ਅਬਸਲਿਊਟ ਟਰੁੱਥ ਬੋਲਦੇ ਆ, ਗੋਸਪਲ ਟਰੁੱਥ, ਕੋਈ ਗਲਤੀ ਨਹੀਂ ਹੈਗੀ। ਇੱਥੇ ਤਾਂ ਆਦਮੀ ਗਲਤੀ ਕਰਦਾ ਹੈਗਾ, ਇੱਥੇ ਗਲਤੀ ਨਹੀਂ ਹੈਗੀ ਕਰਦੀ, ਨਾ ਭੁੱਲ ਹੈਗੇ ਉਹ। ਅਤੇ ਇਸ ਕਰਕੇ ਇਹ ਜਦੋਂ ਇੱਥੇ ਪਹੁੰਚ ਜਾਂਦਾ ਫਿਰ ਸਿੱਖ ਕਹਿੰਦਾ ਵੀ ਮੈਂ ਤਾਂ ਕੁਛ ਨਹੀਂ ਜਾਣਦਾ, ਮੇਰਾ ਮੈਂ ਤਾਂ ਆਹ ਜਿਹੜੀ ਦੁਨਿਆਵੀ ਜਿਹੜੇ ਇਲਮ ਹੈ ਮੈਨੂੰ ਤਾਂ ਕੁਛ ਨਹੀਂ ਹੈਗਾ, ਇਹ ਜਿਹੜਾ ਹੈ ਤੁਸੀਂ ਦੇਵੇ ਇਹਦਾ ਨਾਮ ਤੇਰੇ ਕੋਲ ਹੀ ਹੈਗਾ, ਅਤੇ ਮੈਂ ਤਾਂ ਹੈਗਾ ਨਿਕੰਮਾ ਹੈਗਾ, ਮੈਨੂੰ ਕੁਛ ਨਹੀਂ ਆਉਂਦੀ, ਮੈਨੂੰ ਨਾ ਮੇਰੀ ਅਕਲ ਹੈਗੀ ਨਾ ਕੁਛ ਨਹੀਂ ਹੈਗਾ, ਜੋ ਕਹੇਗਾ ਉਹੀ ਮੈਂ ਬੋਲਣਾ ਤੇਰੇ, ਦਇਆ ਕਰ ਅਤੇ ਮੈਨੂੰ ਨਾਮ ਦੇ। ਅਤੇ ਇਹ ਹੈਗਾ ਵੀ ਆਪਣੇ ਸਤਿਗੁਰੂ ਅਰਜਨ ਦੇਵ ਜੀ ਇਹ ਨਿਰਮੋਹ ਸਨ, ਅਤੇ ਇਸ ਕਰਕੇ ਉਹ ਜਿਹੜਾ ਕਹਿੰਦੇ ਨਾ ਉਹਨੇ ਖੁਸਰੋ ਨੂੰ ਅਖੇ 5,000 ਰੁਪਈਏ ਦਿੱਤੇ ਸੀ ਰਿਸ਼ਵਤ, ਉਹਨੂੰ ਮੰਗੇ ਸੀਗੇ ਤਾਂ ਉਹਨੂੰ ਮਦਦ ਕੀਤੀ ਸੀਗੀ। ਇਹ ਖੱਤਰੀਆਂ ਦਾ ਨਾ ਇੱਕ ਬਹਾਨਾ ਹੈਗਾ, ਮਾਰਿਆ ਸਤਿਗੁਰੂ ਅਰਜਨ ਦੇਵ ਜੀ ਮਾਰਿਆ ਸੀ ਇਸ ਖੱਤਰੀਆਂ ਨੇ, ਚੰਦੂ ਖੱਤਰੀ ਨੇ, ਉਹਦਾ ਗੋਤ ਨਹੀਂ ਕੋਈ ਦੱਸਦਾ, ਅਤੇ ਇਸ ਕਰਕੇ ਇਹਨਾਂ ਨੇ 5,000 ਦਾ ਬਣਾ ਕੇ ਨਾ ਵੀ ਉਹਨੇ ਦਿੱਤੇ ਸੀਗੇ ਤਾਂ ਉਹ ਫਿਰ ਕੋਈ ਹੋ ਗਿਆ ਨਾ ਮੁਜਰਮ, ਹੋ ਗਿਆ ਨਾ ਮੁਜਰਮ ਬਣਾਉਣ ਲਈ ਉਹਨਾਂ ਨੂੰ ਇੱਕ, ਉਹਨਾਂ ਕੋਲ 5,000 ਕਿੱਥੋਂ ਸੀ, ਉਹ ਤਾਂ ਗਹਿਣੇ ਵੇਚ ਕੇ ਤੀਵੀ ਦੇ ਲੰਗਰ ਚੜਾਉਂਦੇ ਸਨ, ਅਤੇ ਉਹਨਾਂ ਕੋਲ 5,000 ਕਿੱਥੇ, ਇਹ ਸਾਰਾ ਕੂੜ ਹੈਗਾ। ਇਹ ਖੱਤਰੀ ਜਿਹੜੇ ਨੇ ਇਹ ਹੈਗੇ ਨੇ ਇੱਕ ਨੰਬਰ 'ਤੇ ਸ਼ੈਤਾਨ, ਜਿਹੜੇ ਸੀ ਨਾ ਜੁਡਾ ਟ੍ਰਾਈਬ ਦੇ ਲੋਕ ਜਿਹੜੇ ਮਿਡਲ ਈਸਟ ਸੀਗੇ ਉਹ ਪ੍ਰਿੰਸਿਸ ਆਫ ਡਾਰਕਨੈਸ ਸੀਗੇ, ਪ੍ਰਿੰਸਿਸ ਹੁੰਦੇ ਸ਼ਹਿਜ਼ਾਦੇ, ਉਹਨੂੰ ਤਾਂ ਲੱਖ ਲਾਨਤ ਪਾਈ ਸੀ ਨਾ ਸਤਿਗੁਰੂ ਜੀਜ਼ਸ ਨੇ ਵੀ ਇੱਦਾਂ ਦਾ ਤੂੰ ਜੰਮਦਾ ਹੀ ਨਾ, ਮੈਂ ਤਾਂ ਮਰਨਾ ਤਾਂ ਸੀਗਾ ਹੀ, ਤੂੰ ਸੋਰਸ ਬਣ ਗਿਆ। ਉਹਨੇ ਆਪਣੇ ਆਪ ਨੂੰ ਫਿਰ ਫਾਂਸੀ ਲਾ ਲਈ ਸੀ ਜਦ ਜੀਜ਼ ਨੂੰ ਮਾਰਿਆ ਸੀ, ਅਤੇ ਆਪਣੇ ਜਿਹੜੇ ਖੱਤਰੀ ਸਨ ਇਹ ਟੀਟ ਸਨ, ਅਤੇ ਇਹ ਜਿਹੜੇ ਸੀਗੇ ਇਹ ਕਿੰਗਸ ਅਤੇ ਐਮਪਰਰ ਸੀਗੇ, ਖਾਸ ਕਰਕੇ ਕਸ਼ਮੀਰ ਦੇ ਖੱਤਰੀ। ਅੱਜ ਕੱਲ੍ਹ ਉਹਨਾਂ ਨੂੰ ਅੱਜ ਕੱਲ੍ਹ ਜਿਹੜਾ ਨਾ ਉਹ ਜਿਹੜਾ ਬੀਜਿਆ ਸੀ ਨਾ ਪਿੱਛੇ ਉਹ ਵੱਢ ਲੈ ਰਹੇ ਰੁੱਖੀ, ਆਪਣੇ ਜਿੱਦਾਂ ਦੇ ਕਰਤੂਤਾਂ ਪਿੱਛੇ ਕੀਤੀਆਂ ਅੱਜ ਉਹਨਾਂ ਦੇ ਮੂਹਰੇ ਆ ਰਹੀਆਂ ਨੇ, ਅਤੇ ਤੁਸੀਂ ਮਜ਼ੇ ਨਾਲ ਆਪਣਾ ਦੇਖੋ ਅਤੇ ਪ੍ਰਚਾਰ ਕਰੋ, ਅਤੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ। ਇੱਥੇ ਮੈਂ ਕਰਨ ਲੱਗਾ ਚੂਹੀ ਮਹੱਲਾ ਪੰਜਵਾਂ, ਸਗਲ ਤਿਆਗ ਬਈ ਮੈਂ ਸਾਰੀ ਦੁਨੀਆ ਤਿਆਗ ਕੇ ਗੁਰ ਸਰਨੀ ਆਇਆ,
ਰਾਖੋ ਰਾਖਣ ਹਾਰੇ। ਗੁਰ ਹੁੰਦਾ ਢੰਗ, ਲੋਜੀਕਲ ਰੀਜ਼ਨਿੰਗ। ਲੋਜੀਕਲ ਰੀਜ਼ਨਿੰਗ ਦੇ ਤੂੰ ਹੈਗਾ ਭੰਡਾਰ ਅਕਾਲ ਪੁਰਖ, ਤੇਰੇ ਮੈਂ ਸ਼ਰਨੀ ਆਇਆ ਹੈਗਾ, ਤੇਰੇ ਮੈਂ ਆਇਆ ਪੈਰਾਂ ਆਇਆ ਤੇਰੇ, ਤੇਰੀ ਸ਼ਰਨ ਹੈਗੀ, ਯਾਨੀ ਕਿ ਮੈਂ ਆਪਣੀ ਅਕਲ ਜੁੜਾ ਦਿੱਤੀ ਹੈਗੀ, ਜੋ ਤੂੰ ਕਹੇਗਾ ਉਹੀ ਮੈਂ ਕਰਾਂਗਾ। ਗੁਰ ਸ਼ਰਨੀ ਆਇਆ, ਰਾਖੋ ਰਾਖਣ ਆ, ਹੁਣ ਤੂੰ ਰੱਖ ਲੈ ਜਿੱਦਾਂ ਰੱਖਣਾ। ਜੇ ਤਾਂ ਤੂੰ ਲਾਵੇ ਤਿੱਤ ਹਮ ਲਾਗੇ, ਜਿੱਦਾਂ ਤੂੰ ਕਹੇਗਾ ਉੱਦਾਂ ਹੀ ਅਸੀਂ ਮੈਂ ਕਰਾਂਗਾ। ਮੈਂ ਆਪਣੀ ਨਹੀਂ ਅਕਲ ਚਲਾਵਾਂਗਾ, ਆਪਣਾ ਨਹੀਂ ਮੈਂ ਕੁਛ ਵੀ, ਤੂੰ ਹੀ ਜੋ ਕਹੇਗਾ ਉਹੀ ਕਰਾਂਗਾ। ਕਿਆ ਇਹ ਜੰਤ ਵਿਚਾਰਾ ਵਿਚਾਰੇ, ਇਹ ਜੰਤ ਜਿਹੜਾ ਹੈਗਾ ਇਹ ਕੁਛ ਨਹੀਂ ਜਾਣਦਾ। ਜੇ ਨਾ ਸਹਿਣ ਸਿਆਪਾ ਲੱਖੋਂ ਤਾਂ ਇੱਕ ਨਾ ਚੱਲੇ ਨਾਲ, ਇਹ ਹੈਗਾ ਇਹਦਾ ਇੱਥੇ ਲੱਗ ਰਿਹਾ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਮੇਰੇ ਰਾਮ ਜੀ ਕਹਿੰਦੇ ਤੂੰ ਮੇਰਾ ਅੰਤਰ ਜਾਮੀ ਹੈਗਾ, ਕਿ ਉਹ ਇਹ ਹੈਗਾ ਨਾ ਅੰਦਰ ਰਮ ਰਿਹਾ ਜਿਹੜਾ ਨਾ, ਇਹ ਹੈਗਾ ਨਾ ਹਰਿਮੰਦਰ, ਹਰਿਮੰਦਰ ਦੇ ਅੰਦਰ ਹਰ ਹੈਗਾ ਨਾ ਰਾਮ, ਇਹ ਰਮ ਰਿਹਾ ਨਾ ਅੰਦਰ, ਤੇ ਤੁਸੀਂ ਜਾਣਦਾ ਸਭ ਕੁਛ, ਕਿ ਉਹ ਜਿਹੜਾ ਜੋ ਕੁਛ ਆਪਾਂ ਕਰਦੇ ਹਾਂ ਉਹ ਰਾਮ ਜਾਣਦਾ ਸਾਰਾ ਕੁਛ। ਅੰਤਰ ਜਾਮੀ ਕਰ ਕਿਰਪਾ ਗੁਰਦੇਵ, ਕਰ ਕਿਰਪਾ ਕਰ, ਮਿਹਰਬਾਨੀ ਕਰ, ਬਖਸ਼ਿਸ਼ ਕਰ। ਗੁਰਦੇਵ ਇਹਦਾ ਹਰਫ ਹੈਗਾ ਜਿਹੜਾ, ਗੁਰ ਹੈਗਾ ਢੰਗ, ਦੇਵ ਹੈਗਾ ਦੇਵਤਾ, ਆਪਣਾ ਜਿਹੜਾ ਗੋਡ ਜਿਹੜਾ ਨਾ ਪਿਓ ਹੈਗਾ ਨਾ, ਦੇਵ ਹੈਗਾ ਇਹ, ਦੇਵੀ ਨਹੀਂ ਵੀ, ਉਹਦਾ ਨਾਮ ਹੈ ਨਾ ਹਿਜ ਵਰਡ, ਉਹਨੇ ਦੇਣਾ। ਕਹਿੰਦੇ ਵੀ ਗੁਰਦੇਵ ਉਹ ਜਿਹੜਾ ਲੋਜੀਕਲ ਰੀਜਨਿੰਗ ਦਾ ਭੰਡਾਰ ਹੈਗਾ ਉਹ ਤੁਸੀਂ ਹੈਗਾ, ਤੁਸੀਂ ਸਾਨੂੰ ਲੋਜੀਕਲ ਰੀਜਨਿੰਗ ਦੀ ਸ਼ਕਤੀ ਦੇਣੀ ਤੇ ਅਸੀਂ ਫਿਰ ਲੋਕਾਂ ਨੂੰ ਦੱਸਣਾ ਹੈਗਾ। ਗੁਰਦੇਵ ਦਿਆਲਾ ਜੋ ਹੈਗਾ ਮਿਹਰਬਾਨ ਹੈ, ਗੁਣ ਗਾਵਾਂ ਨਿਤ ਸੁਆਮੀ, ਮੈਂ ਤੇਰੇ ਹਮੇਸ਼ਾ ਗੁਣ ਗਾਵਾਂ, ਤਾਂ ਕਿ ਤੂੰ ਮੈਨੂੰ ਲੋਜੀਕਲ ਰੀਜਨਿੰਗ ਦੱਸ ਦੇ, ਉਹਦੇ ਨਾਲ ਮੈਂ ਗੁਰ ਨਾਲ ਮੈਂ ਮੂੰਹ ਚ ਬੋਲਾਂ। ਉਹ ਜਿਹੜਾ ਗੁਰ ਨਾਲ ਬੋਲੇ ਉਹਨੂੰ ਕਹਿੰਦਾ ਗੁਰਮੁਖ, ਗੁਰ ਹੁੰਦਾ ਢੰਗ, ਮੁੱਖ ਹੁੰਦਾ ਮੂੰਹ, ਉਹ ਮੂੰਹ ਜਿਹੜਾ ਢੰਗ ਨਾਲ ਬੋਲੇ। ਆਠ ਪੈਰ ਪ੍ਰਭ ਆਪਣਾ ਧਿਆਏ, ਗੁਰ ਪ੍ਰਸਾਦ ਬਹੁਤ ਤਰੀਏ। ਆਠ ਪੈਰ ਵੀ ਦਿਨ ਰਾਤ ਮੈਂ ਤੈਨੂੰ ਹੀ ਧਿਆਉਂਦਾ, ਮੈਂ ਹੋਰ ਪੈਸੇ ਪੂਸੇ ਨੂੰ ਨਹੀਂ ਖੁਸ਼ ਵੀ, ਤੇਰਾ ਹੀ ਬੰਦਾ ਹੈਗਾ ਬਸ। ਪਰ ਆਪਣਾ ਧਿਆਵੇ ਧਿਆਏ ਗੁਰ ਪ੍ਰਸਾਦ, ਗੁਰ ਹੁੰਦਾ ਲੋਜੀਕਲ ਰੀਜਨਿੰਗ, ਉਹਦਾ ਜਿਹੜਾ ਤੱਤ ਮੋਲ ਹੈਗਾ ਉਹਨੂੰ ਕਹਿੰਦਾ ਲੋਗੋ, ਲੋਗੋ ਜਿਹੜਾ ਹੈਗਾ ਉਹ ਹੈਗਾ ਹਿਜ ਵਰਡ। ਜਦੋਂ ਹਿਜ ਵਰਡ ਆਦਮੀ ਨੂੰ ਮਿਲ ਗਿਆ ਉਦੋਂ ਫਿਰ ਉਹਦੇ 'ਤੇ ਸ਼ੱਕ ਨਹੀਂ ਰਹਿੰਦਾ, ਜਦੋਂ ਸ਼ੱਕ ਨਹੀਂ ਰਹਿੰਦਾ ਫਿਰ ਭੌਲ ਨਹੀਂ ਰਹਿੰਦਾ, ਉਹਦਾ ਕੋਈ ਡਰ ਨਹੀਂ ਹੈਗਾ ਕਿ ਮੈਂ ਠੀਕ ਬੋਲ ਰਿਹਾ, ਮੈਂ ਗਲਤ ਨਹੀਂ ਬੋਲ ਰਿਹਾ। ਤਰੀਏ ਇਹਦੇ ਨਾਲ ਫਿਰ ਜਿਹੜਾ ਸੰਸਾਰ ਕਲਯੁਗ ਤਰੀਦਾ ਹੈਗਾ। ਆਪ ਤਿਆਗ ਹੋਏ ਸਭ ਰਹਿਣਾ, ਜੀਵਤ ਇਉਂ ਮਰੀਏ। ਆਪ ਤਿਆਗ ਆਪਣਾ ਜਿਹੜੀ ਹੁੰਮ ਹੈਗੀ ਨਾ, ਕਿ ਮੈਂ ਜੱਟ ਹੈਗਾ, ਕੋਈ ਤਰਖਾਨ, ਕੋਈ ਲੁਹਾਰ, ਕੋਈ ਪਠਾਨ, ਕੋਈ ਬਲੋਚ, ਕੋਈ ਖੱਤਰੀ, ਇਹ ਆਪਣੀ ਜਾਤ ਦੀ ਆਪਣੀ ਹੋਮੇ ਜਿਹੜੀ ਜੀ, ਜਾਂ ਆਪਣੀ ਅਕਲ ਦੀ ਹੋਮੇ ਜਿਹੜੀ ਸੀਗੀ ਨਾ, ਗੁਰਮੁਖ ਤਾਂ ਜਦ ਦੱਸਿਆ ਸੀ ਨਾ ਉਦੋਂ ਤੇ ਤਾਂ ਚੱਲਦੀ ਆਪਣੀ ਆਪਣੀ ਅਕਲ, ਉਹ ਮੈਂ ਆਪਣੀ ਅਕਲ ਤਿਆਗ ਦਿੱਤੀ, ਆਪ ਮੈਂ ਕੁਛ ਨਹੀਂ ਜਾਣਦਾ। ਆਪ ਤਿਆਗ ਹੋਏ ਸਭ ਰਹਿਣਾ, ਮੈਂ ਆਪਣਾ ਜਿਹੜੀ ਤਨ ਦੀ ਸੀਗੀ ਹੋਮੇ ਵਗੈਰਾ ਸਭ ਤਿਆਗ ਦਿੱਤੀ, ਮੈਂ ਸਾਰਿਆਂ ਦੀ ਰਹਿਣਾ ਹੈਗੀ ਵੀ ਮਿੱਟੀ ਧੂੜ ਬਣਦਾ ਵੀ, ਯਾਨੀ ਕਿ ਕਿਸੇ ਨਾਲ ਮੈਂ ਨਫ਼ਰਤ ਨਹੀਂ ਕਰਦਾ। ਜਿਉਂਦੇ ਇਉਂ ਮਰੀਏ, ਇੱਦਾਂ ਜਿਉਂਦੇ ਆਪਣਾ ਤੁਸੀਂ ਮਰੇ ਹੁੰਦੇ ਆ। ਉਹ ਕਹਿੰਦੇ ਨੇ ਵੀ ਉਹ ਫਲਾਨੇ ਦਾ ਕੀ ਹੈਗਾ, ਉਹਦਾ ਉਹ ਜਾ ਕੇ ਉਹਦੇ ਪੈਰਾਂ 'ਚ ਪੈ ਗਿਆ ਤਾਂ ਇੱਦਾਂ ਕੀਤਾ, ਇੱਦਾਂ ਕਰਦਾ, ਉਹ ਮਰਿਆ ਹੋਇਆ ਹੈਗਾ। ਅਤੇ ਇਸ ਤਰ੍ਹਾਂ ਹੈਗਾ, ਜਦੋਂ ਆਮ ਆਦਮੀ ਬਣਦਾ ਫਿਰ ਉਹ ਜਿਉਂਦੇ ਮਰੀਏ। ਸਫਲ ਜਨਮ ਤਿਸਕਾ ਜਗ ਭੀਤਰ, ਸਾਧ ਸੰਗ ਨੌ ਤਰ ਜਾਪੇ। ਕਹਿੰਦੇ ਵੀ ਇਹ ਸਫਲ ਜਨਮ, ਉਹਦਾ ਜਨਮ ਜਿਹੜਾ ਸਫਲ ਹੈਗਾ, ਤਿਸਕਾ ਜੇ ਉਸ ਆਦਮੀ ਦਾ ਇਸ ਜੱਗ 'ਚ, ਇਸ ਦੁਨੀਆ 'ਚ, ਦੁਨੀਆ ਵਿੱਚ ਭੀਤਰ ਸਾਧ ਸੰਗ ਨੌ ਜਾਪੇ। ਜਿਹੜਾ ਸਾਧ ਸੰਗ ਹੈਗੀ ਨਾ, ਸਾਧ ਉਹ ਹੁੰਦੇ ਨੇ ਜਿਹੜਾ ਕਿ ਪੈਸੇ ਨੂੰ ਨਹੀਂ ਹੱਥ ਲਾਉਂਦੇ, ਉਹਨਾਂ ਦਾ 24 ਘੰਟੇ ਦਾ ਨਾਮ ਦੀ ਵਿਆਖਿਆ ਕਰਕੇ ਲੋਕਾਂ ਨੂੰ ਦੱਸਣਾ।
ਇਹ ਨਹੀਂ ਕਿ ਕੱਪੜੇ ਪਾ ਲਏ ਭੰਗ ਵਿੱਚ ਸਾਧੂ ਬਣ ਗਏ, ਏਦਾਂ ਨਹੀਂ ਸਾਧ ਬਣਦਾ। ਸਾਧ ਹੁੰਦਾ ਜਿਹਨ ਕੁਛ ਸਿੱਖਿਆ ਹੋਵੇ, ਜਿਹਨੇ ਕੁਛ ਜਿਹਨੂੰ ਨਾਮ ਦਾ ਪਤਾ ਹੋਵੇ। ਸਾਧ ਸੰਗ ਨੌ ਜਪੇ, ਉਹਨਾਂ ਦੇ ਨਾਂ ਰਲ ਕੇ ਨੌ ਜਪੇ। ਸਾਧ ਸਾਧੂ ਜਿਹੜੇ ਹੁੰਦੇ ਨੇ ਉਹ ਮਾਇਆ ਤੋਂ ਰਹਿਤ ਹੁੰਦੇ ਨੇ, ਨਾ ਉਹਨਾਂ ਦੇ ਉਹ ਪਿਤਾ ਦੇ ਨਾਂਗੇ ਸਾਧੂ। ਨਾਂਗੇ ਸਾਧੂ ਦਾ ਮਤਲਬ ਜਿਹੜਾ ਇਹ ਦੁਨਿਆਵੀ ਮਰਿਆਦਾ ਹੈਗੀ ਇਹ ਸਾਧੂਆਂ ਤੇ ਨਹੀਂ ਲੱਗਦੀ, ਸਾਧੂ ਜਿਹੜੇ ਨੇ ਉਹ ਅਲੈਦਾ ਹੁੰਦੇ ਨੇ। ਸਗਲ ਮਨੋਰਥ ਤਿਸ ਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ। ਸਗਲ ਸਾਰੇ ਉਹਦੇ ਮਨੋਰਥ ਜਿਹੜੇ ਉਹਦੇ ਕੰਮ ਹੈਗੇ ਨੇ, ਜਿਹੜੇ ਉਹਨੇ ਆਪਣੀ ਕਾਮਯਾਬੀ ਲਈ ਉਹਨੂੰ ਚਾਹੀਦੇ ਨੇ, ਉਹਦੀ ਦਿਲ ਦੀਆਂ ਖੁਆਇਸ਼ਾਂ ਹੈਗੀਆਂ, ਮਨੋਰਥ ਤਿਸ ਕੇ ਪੂਰਨ ਉਹਦੇ ਪੂਰੇ ਹੋ ਜਾਂਦੇ। ਜਿਸ ਦਇਆ ਕਰੇ ਪ੍ਰਭ ਆਪੇ, ਜਿਹਨੂੰ ਅਕਾਲ ਪੁਰਖ ਦਇਆ ਕਰੇ ਉਹਦੇ ਪੂਰੇ ਹੋ ਜਾਂਦੇ ਨੇ। ਉਹਨੂੰ ਫਿਰ ਸਾਰੇ ਉਹਨੂੰ ਨਾਮ ਮਿਲ ਜਾਂਦਾ, ਸਭ ਕੁਛ ਉਹਦੇ ਜਿਹੜੀ ਦਿਲ ਦੀ ਖਾਹਿਸ਼ਾਂ ਹੁੰਦੀਆਂ ਸਾਰੀਆਂ ਪੂਰੀਆਂ ਹੋ ਜਾਂਦੀਆਂ। ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ, ਦੀਨ ਜਾਣੀ ਕਿ ਮੇਰਾ ਇਮਾਨ ਜਿਹੜਾ ਹੈਗਾ, ਦੀਨ ਦਿਆਲ ਮੈਨੂੰ ਅਕਲ ਦੇਣ ਵਾਲਾ ਜਿਹੜਾ ਨਾਮ ਦੇਣ ਵਾਲੇ, ਕਿਰਪਾਲ ਕਿਰਪਾ ਕਰਨ ਵਾਲਾ ਪਾਲਣ ਵਾਲਾ, ਪ੍ਰਭ ਸਵਾਮੀ ਮੇਰਾ ਖਸਮ ਸਵਾਮੀ, ਤੇਰੀ ਸ਼ਰਨ ਦਿਆਲਾ। ਤੇਰੀ ਸ਼ਰਨ ਜਿਹੜੀ ਉਹ ਬੜੀ ਦਿਆਲੂ ਹੈਗੀ, ਕਿਸੇ ਨੂੰ ਤੂੰ ਹੱਥਾ ਨਹੀਂ ਕਲਦਾ, ਜਿਹੜਾ ਵੀ ਤੇਰੇ ਸ਼ਰਨ ਚਾਹੁੰਦਾ ਉਹਨੂੰ ਕੁਛ ਦੇ ਕੇ ਹੀ ਕਲਦਾ, ਤੂੰ ਕੋਈ ਤੇਰੇ ਤੋਂ ਨਿਰਾਸ਼ ਹੋ ਕੇ ਨਹੀਂ ਜਾਂਦਾ। ਕਰ ਕਿਰਪਾ ਆਪਣਾ ਨਾਮ ਦੀਜੇ, ਕਿਰਪਾ ਕਰਕੇ ਮੈਨੂੰ ਆਪਣਾ ਤੁਸੀਂ ਨਾਮ ਦਿਓ। ਨਾਨਕ ਸਾਧ ਰਵਾਲਾ, ਨਾਨਕ ਕਹਿੰਦੇ ਮੈਂ ਤਾਂ ਸਾਧਾਂ ਦੀ ਕੰਪਨੀ ਵਿੱਚ ਰਵਾਲਾ, ਗੁਰੂ ਦੇ ਚਰਨਾਂ ਦੀ ਦੂੜ, ਜਾਣੀ ਕਿ ਮੈਂ ਤਾਂ ਸਾਧਾਂ ਦੀ ਜਿਹੜਾ ਹੈ ਨਾ ਉਹਨਾਂ ਦੇ ਚਰਨਾਂ ਦੀ ਧੂੜ ਬਣਾ, ਉਹਨਾਂ ਦੀ ਝੂੜ ਹੈ, ਧੂੜ ਹੈਗਾ। ਤਦੇ ਨਾ ਸਤਿਗੁਰੂ ਅਰਜਨ ਦੇਵ ਜੀ, ਪੀਰ ਮੀਆਂ ਮੀਰ ਵਰਗੇ ਸਾਧ ਜਿਹੜੇ ਸੀਗੇ ਨਾ, ਜਿਹੜੇ ਕਿ ਅੱਲਾ ਦੇ ਆਦਮੀ ਸੀ, ਉਹਨਾਂ ਦੀ ਕੰਪਨੀ ਕਰਦੇ ਹੁੰਦੇ ਸੀਗੇ, ਤੇ ਉਹ ਉਹਨਾਂ ਦੀ ਗੱਲਾਂ ਸੁਣ ਕੇ ਬੜੇ ਖੁਸ਼ ਹੁੰਦੇ ਸੀਗੇ। ਇਹ ਜਿਹੜਾ ਨਾਮ ਹੈਗਾ ਤੁਰ ਮਸਤਕ ਲਿਖਿਆ ਹੋਵੇ ਤਦ ਮਿਲਦਾ ਹੈਗਾ, ਐਵੇਂ ਨਹੀਂ ਮਿਲਦਾ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਕੱਪੜਾ ਜਿਹੜਾ ਆ ਹੈਗਾ ਇਹ ਕਰਮਾਂ ਨਾਲ ਮਿਲਦਾ, ਜਿਹੜਾ ਮੋਖ ਦੁਆਰ ਜਿਹੜਾ ਨਾਮ ਹੈਗਾ ਜਿਹਨੇ ਤੁਹਾਨੂੰ ਮੁਕਤੀ ਦਵਾਉਣੀ ਹੈਗੀ ਉਹ ਮਿਲਦਾ ਹੈਗਾ ਉਹਦੀ ਨਦਰ ਨਾਲ, ਗ੍ਰੇਸ ਨਾਲ। ਇਹੋ ਜਿਹੜਾ ਹੈਗਾ ਬਾਈਬਲ ਚ ਹੈਗਾ, ਬਾਈ ਦੀ ਗ੍ਰੇਸ ਯੂ ਰਿਸੀਵ ਹਿਜ ਵਰਡ ਐਂਡ ਨਾਟ ਬਾਈ ਯੋਰ ਓਨ ਐਫਰਟ। ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹ ਲਓ ਉਹਦੇ 'ਚ ਨਹੀਂ ਨਾਮ ਹੈਗਾ, ਨਾਮ ਹੈਗਾ ਅਕਾਲ ਪੁਰਖ ਤੋਂ ਮਿਲਦਾ ਜਿਹਦੇ 'ਤੇ ਉਹਦੀ ਨਦਰ ਹੋਵੇ। ਜਿਹੜਾ ਆਦਮੀ ਬੱਚੇ ਦੀ ਨਿਆਈ ਹੋਵੇ, ਯਾਨੀ ਕਿ ਜੋ ਅੰਦਰ ਸੋ ਬਾਹਰ, ਗੋਡ ਜਿਹੜਾ ਹੈਗਾ ਇਟ ਵੀ ਵਰਸ਼ਿਪ ਇਨ ਟਰੁੱਥ ਐਂਡ ਇਨ ਸਪਿਰਿਟ। ਟਰੁੱਥ ਹੈਗਾ ਜੋ ਮੂੰਹ 'ਚੋਂ ਤੁਹਾਨੂੰ ਨਜ਼ਰ ਆਉਂਦਾ ਨਾ ਉਹੀ ਬੋਲੋ, ਝੂਠ ਨਾ ਬੋਲੋ, ਤੇ ਨਾ ਬੋਲੋ ਕੂੜ। ਕੂੜ ਜਿਹੜਾ ਸੂਖਸ਼ਮ ਝੂਠ ਹੈਗਾ ਨਾ, ਤੇ ਇਹ ਕੂੜ ਨੂੰ ਜਿਹੜਾ ਹੈਗਾ ਸਮਝਣਾ ਇਹ ਬਾਣੀ ਹੈਗੀ। ਬਾਣੀ ਦੇ ਜਿਹੜਾ ਨਾ ਇਹ ਜਦੋਂ ਉਹਦੀ ਤੁਸੀਂ ਕਸਵੱਟੀ ਤੇ ਲਿਆਉਂਦੇ ਆ ਨਾ, ਜਿੰਦਾ ਕਹਿ ਦਿੰਦੇ ਸਿੱਖ ਕੌਮ ਕਹਿ ਦਿੰਦੇ, ਸਿੱਖ ਤਾਂ ਹੈਗਾ ਨਾਦੀ ਰੂਪ, ਜਿਹਨੇ ਕੋਈ ਸਿੱਖਿਆ ਹੋਵੇ ਉਹ ਹੈਗਾ, ਉਹ ਜਿਸਮ ਤਾਂ ਨਹੀਂ ਨਾ ਆਹ ਨਹੀਂ ਹੈਗਾ, ਤੇ ਇਸ ਕਰਕੇ ਸਿੱਖ ਨਾ ਪੈਦਾ ਹੋਇਆ ਤੇ ਨਾ ਮਰਿਆ, ਇਹ ਨਾਦੀ ਰੂਪ ਹੈਗਾ। ਬਿੰਦੀ ਰੂਪ ਮੇਰਾ ਹੈਗਾ ਜੱਟ, ਜੱਟ ਜੰਮਿਆ ਜੱਟ ਮਰੇਗਾ, ਤੇ 1984 ਚ ਇੱਕ ਵੀ ਨਹੀਂ ਸਿੱਖ ਮਰਿਆ, ਤੇ ਨਾ ਹੀ 1947 ਚ ਮਰੇ ਨੇ। 1947 ਚ 2000 ਆਦਮੀ ਆਏ ਸੀ ਸਾਡੇ ਪਿੰਡ ਤੇ ਹਮਲਾ ਕਰਨ, ਤੇ ਫਾਦਰ ਹੋਰਾਂ ਨੂੰ ਇਹ ਇਲਮ ਸੀਗਾ, ਗਿਆਨ, ਉਹਨਾਂ ਨੂੰ ਬੁਲਾਇਆ ਵੀ ਆਓ, ਉਹ ਜਿਹੜਾ ਹੈਡ ਸੀ ਵੀ ਉਹ ਆ ਕੇ ਕੁਛ ਦੱਸੋ ਵੀ ਤੁਹਾਡੇ ਪਿੰਡ ਆਦਮੀ ਕਿਉਂ ਇਕੱਠੇ ਹੋਏ ਨੇ। ਤੇ ਫਾਦਰ ਚਲੇ ਗਿਆ ਆਪਣੇ ਬੜੇ ਬ੍ਰਦਰ ਦੇ ਨਾਲ, ਤਾਇਆ ਉਹ ਸੀ ਨੰਬਰਦਾਰ, ਦੋਨੋਂ ਜਾਣੇ ਚਲੇ ਗਏ, ਤੇ ਉੱਥੇ ਉਹ ਡਟ ਕੇ ਬੈਠਾ ਹੋਇਆ ਆਪਣੇ ਰਾਈ ਮੰਜੇ ਤੇ ਬਹਿ ਗਏ, ਉਹਦੇ ਤੇ ਗੁੱਸਾ ਕੀਤਾ ਉਹਨੇ। ਜਦੋਂ ਉਹਨੂੰ ਸਮਝਾਇਆ ਨਾ ਕਿ ਸਿੱਖ ਤੇ ਮੁਸਲਮਾਨ ਮਿਲਤਾਂ ਹੈਗੀਆਂ, ਮਿਲਤ ਕਹੀਦਾ ਉਹਨੂੰ ਜਾਂ ਸਮਾਜ ਜਾਂ ਪੰਥ, ਜਦੋਂ ਉਹਨੂੰ ਭੱਲੇ ਪੈ ਗਈ ਨਾ ਵੀ ਇਹ ਸ਼ਰਾਰਤ ਤਿੰਨਾਂ ਲਾਲਿਆਂ ਦੀ ਸੀਗੀ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੁਹੰਮਦ ਅਲੀ ਜਿਨਾਹ ਤੇ ਲਾਲਾ
ਮੋਹਨਦਾਸ ਕਰਮਚੰਦ ਗਾਂਧੀ ਜਦੋਂ ਇਹਨੇ ਤਿੰਨਾਂ ਲਾਲਿਆਂ ਦੀ ਉਹਨੂੰ ਸਮਝਾਈ ਸ਼ਰਾਰਤ ਉਹਦੇ ਪੈ ਗਈ ਪੱਲੇ ਅਤੇ ਕਹਿੰਦਾ ਜੱਟ ਸਾਡੇ ਦੋਸਤ ਹੈਗੇ ਸਾਡੇ 'ਚ ਕੋਈ ਦੁਸ਼ਮਣੀ ਨਹੀਂ ਹੈਗੀ ਕਿਸੇ ਵੀ ਜੱਟਾਂ ਨੇ ਮਰਨਾ ਸੀ ਉਹਨਾਂ ਨੇ ਰਾਹੀਆਂ ਨੇ ਮਰਨਾ ਸੀ ਕਹਿੰਦੇ ਸੀ ਸਾਡੇ 'ਚ ਦੋਨਾਂ ਕੌਮਾਂ 'ਚ ਕੋਈ ਦੁਸ਼ਮਣੀ ਨਹੀਂ ਹੈਗੀ ਤੁਸੀਂ ਸਾਡੇ ਭਰਾ ਹੈਗੇ ਆ ਉਹਨੇ ਜਦੋਂ ਦੇਖਿਆ ਨਾ ਮੌਕਾ ਵੀ ਕਿੱਦਾਂ ਦਾ ਇਹ ਕਹਿਰ ਆ ਰਿਹਾ ਹੈਗਾ ਉਹ ਕਹਿੰਦਾ 2000 ਨੂੰ ਇਹ ਸਾਡੇ ਮਹਿਮਾਨ ਹੈਗੇ ਨੇ ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਕਿਸੇ ਨੇ ਪਹੁੰਚਾਇਆ ਅਤੇ ਉਹ ਸਾਨੂੰ ਰੱਖਿਆ ਵੀ ਮਹਿਮਾਨਾਂ ਤਾਂ ਜਿੰਨਾ ਚਿਰ ਉਸ ਪਿੰਡ 'ਚ ਰਹੇ ਸੀ 91 RB ਧਨੂਆਣਾ ਸੀਗਾ ਅਤੇ ਉਦੋਂ ਫਿਰ ਸਾਨੂੰ ਅਕਾਲ ਪੁਰਖ ਨੇ ਹੱਥ ਰੱਖ ਕੇ ਲੈਣ ਦਾ ਅਤੇ ਬਹੁਤੀ ਤਕਲੀਫ ਨਹੀਂ ਦਿੱਤੀ ਸ਼ੁਕਰੀਆ ਹੈਗਾ ਜਿੱਦਾਂ ਅੱਜ ਰਾਤ ਜੋ ਦੋ ਤਿੰਨ ਝੌਂਕੇ ਲੱਗੇ ਚਲਾਉਂਦਿਆਂ ਚਲਾਉਂਦਿਆਂ ਅਤੇ ਕੁਦਰਤੀ ਉਹ ਜਾਗ ਪਿਆ ਛੇਤੀ ਦੇਣੀ ਮੈਂ ਹੈਰਾਨ ਹੁੰਦਾ ਵੀ ਲੋਕ ਸੌਂ ਜਾਂਦੇ ਟਰੱਕਾਂ ਦੇ ਕਹਿੰਦੇ ਪੀ ਪੂ ਕੇ ਮੈਂ ਵੀ ਪੀਤੀ ਸੀ ਅਤੇ ਅਕਾਲ ਪੁਰਖ ਦਾ ਹੱਥ ਸੀਗਾ ਅਤੇ ਅੱਗੇ ਮੈਂ ਆਮ ਤੌਰ 'ਤੇ ਜਦੋਂ ਪੀਨਾ ਫਿਰ ਡਰਾਈਵ ਨਹੀਂ ਕਰਦਾ ਅਤੇ ਬੱਸ ਬੁਸ 'ਤੇ ਆਉਂਦਾ ਹੁੰਦਾ ਚਲੋ ਅਕਾਲ ਪੁਰਖ ਦੀ ਮਿਹਰ ਬੜੇ ਬੜੇ ਸ਼ੁਕਰਗੁਜ਼ਾਰ